ਅੱਜ ਦੇ ਐਪੀਸੋਡ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਟੈਸਟ ਟਿਊਬ ਬੇਬੀ। ਜਿਹੜੀ ਪਹਿਲੀ ਟੈਸਟ ਟਿਊਬ ਬੇਬੀ ਆ ਇਹ ਅੱਜ ਤੋਂ 30-35 ਸਾਲ ਪਹਿਲਾਂ 1978 ਦੇ ਵਿੱਚ ਲੂਇਸ ਬਰਾਊਨ ਹੋਈ ਸੀ ਇੰਗਲੈਂਡ ਦੇ ਵਿੱਚ ਡਾਕਟਰ ਰੋਬਰਟ ਐਡਵਰਡਸ ਅਤੇ ਡਾਕਟਰ ਸਟੈਪਟੋ ਉਹਨਾਂ ਦੇ ਕੰਟਰੀਬਿਊਸ਼ਨ ਦੇ ਨਾਲ ਪਹਿਲੀ ਟੈਸਟ ਟਿਊਬ ਬੇਬੀ ਹੋਈ ਸੀ। ਹੁਣ ਉਹ ਬੇਬੀ ਲੂਇਸ ਬਰਾਊਨ ਕੋਈ 30-32 ਸਾਲਾਂ ਦੀ ਆ ਅਤੇ ਉਦੋਂ ਤੋਂ ਲੈ ਕੇ ਹੁਣ 2013 ਤੱਕ ਲੱਖਾਂ ਦੀ ਗਿਣਤੀ ਦੇ ਵਿੱਚ ਟੈਸਟ ਟਿਊਬ ਬੇਬੀ IVF ਪ੍ਰਣਾਲੀ ਰਾਹੀਂ ਬੇਔਲਾਦ ਜੋੜੇ ਸੰਤਾਨ ਸੁੱਖ ਦੀ ਪ੍ਰਾਪਤੀ ਕਰ ਚੁੱਕੇ ਨੇ ਅਲੱਗ ਅਲੱਗ ਮੁਲਕਾਂ 'ਚ। ਟੈਸਟ ਟਿਊਬ ਬੇਬੀ ਵਿਧੀ ਉਹਨਾਂ ਮਰੀਜ਼ਾਂ ਦੇ ਵਿੱਚ ਅਪਣਾਈ ਜਾਂਦੀ ਆ IVF ਜਿੱਥੇ ਕਿ ਸ਼ੁਕਰਾਣੂ ਦੀ ਮਾਤਰਾ ਘੱਟ ਹੋਵੇ ਮਰਦਾਂ ਦੇ ਵਿੱਚ ਜਾਂ ਸ਼ੁਕਰਾਣੂ ਦੀ ਮਾਤਰਾ ਨਿਲ ਹੋਵੇ ਅਤੇ ਉਹਨਾਂ ਦੇ ਟੈਸਟਿਸ 'ਚੋਂ ਅੰਡਕੋਸ਼ 'ਚੋਂ ਅਸੀਂ ਸ਼ੁਕਰਾਣੂ ਕੱਢ ਕੇ ਹਸਬੈਂਡ ਦੇ ਆਪਣੇ ਸ਼ੁਕਰਾਣੂਆਂ ਨਾਲ ਹੀ ਸੰਤਾਨ ਸੁੱਖ ਦੀ ਪ੍ਰਾਪਤੀ ਕਰਵਾਈ ਦੀ ਹੈ। ਉਹ ਮਰੀਜ਼ ਜਿੱਥੇ ਕਿ ਬੱਚੇਦਾਨੀ ਦੇ ਅੰਦਰ ਕੋਈ ਰਸੌਲੀ ਆ ਜਾਂ ਐਂਡੋਮੈਟ੍ਰੀਓਸਿਸ ਆ ਜਾਂ ਸਿਸਟ ਆ ਓਵਰੀਜ਼ ਦੇ ਵਿੱਚ ਉਹਨਾਂ ਨੂੰ ਵੀ ਕੱਢ ਕੇ ਅਸੀਂ IVF ਪ੍ਰਣਾਲੀ ਰਾਹੀਂ ਉਹਨਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਕਰਵਾਈ ਦੀ ਆ। ਉਹ ਮਰੀਜ਼ ਜਿੱਥੇ ਕਿ IUI ਵਿਧੀ ਰਾਹੀਂ ਉਹਨਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਨਹੀਂ ਹੋਈ ਉਹਨਾਂ ਨੂੰ ਵੀ ਅਸੀਂ IVF ਪ੍ਰਣਾਲੀ ਦੇ ਉੱਤੇ ਪਾਈਦਾ ਆ। ਉਹ ਮਰੀਜ਼ ਜਿਨ੍ਹਾਂ ਦੀ ਉਮਰ ਜ਼ਿਆਦਾ ਹੋ ਗਈ ਆ ਅਤੇ ਉਹ ਅੰਡੇ ਨਹੀਂ ਪ੍ਰੋਡਿਊਸ ਕਰ ਰਹੇ ਉਹਨਾਂ ਨੂੰ ਵੀ IVF ਵਿਦ ਡੋਨਰ ਐਗਸ 'ਤੇ ਪਾਈਦਾ ਆ। ਉਹ ਮਰੀਜ਼ ਜਿੱਥੇ ਟਿਊਬਾਂ ਬੰਦ ਹੋਣ ਦੋਵੇਂ ਟਿਊਬਾਂ ਔਰਤਾਂ ਦੇ ਵਿੱਚ ਬੰਦ ਹੋਣ ਉਹਨਾਂ ਨੂੰ ਵੀ IVF ਪ੍ਰਣਾਲੀ 'ਤੇ ਪਾਈਦਾ ਆ। ਉਹ ਮਰੀਜ਼ ਜਿੱਥੇ ਪੋਲੀਸਿਸਟਿਕ ਓਵਰੀਜ਼ ਹੋਣ PCOD ਉਹਨਾਂ ਨੂੰ ਵੀ ਟੈਸਟ ਟਿਊਬ ਬੇਬੀ ਪ੍ਰਣਾਲੀ 'ਤੇ ਪਾਉਣਾ ਪੈਂਦਾ ਹੈ। ਟੈਸਟ ਟਿਊਬ ਬੇਬੀ ਪ੍ਰਣਾਲੀ ਸਾਡੇ ਮੁਲਕ ਦੇ ਵਿੱਚ 400-500 ਕੇਂਦਰ ਆ ਜਿੱਥੇ ਕਿ ਪ੍ਰਣਾਲੀ ਦਾ ਇਸਤੇਮਾਲ ਹੁੰਦਾ ਆ। ਮੈਨੂੰ ਇਹ ਦੱਸਦਿਆਂ ਹੋਇਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡਾ ਕੇਂਦਰ ਪਹਿਲੇ 3-5 ਕੇਂਦਰਾਂ ਦੇ ਵਿੱਚ ਆ ਅਤੇ ਉੱਤਰੀ ਭਾਰਤ ਦੇ ਵਿੱਚ ਇਹ ਲੀਡਿੰਗ ਕੇਂਦਰ ਆ। ਇੱਕਮਾਤਰ ਕੇਂਦਰ ਆ ਉੱਤਰੀ ਭਾਰਤ ਦੇ ਵਿੱਚ ਜਿੱਥੇ ਕਿ ਬਾਹਰਲੇ ਮੁਲਕਾਂ ਤੋਂ ਅਮੈਰੀਕਾ, ਕੈਨੇਡਾ, ਯੂਰੋਪ, ਲੰਡਨ, ਇਟਲੀ, ਜਰਮਨੀ, ਹੋਲੈਂਡ, ਆਸਟ੍ਰੇਲੀਆ, ਫਿਲੀਪਾਈਨਸ, ਨਿਊਜ਼ੀਲੈਂਡ, ਸਾਊਦੀ ਅਰੇਬੀਆ, ਦੁਬਈ ਇਹਨਾਂ ਮੁਲਕਾਂ 'ਚੋਂ ਇੰਡੀਅਨਸ ਹੀ ਨਹੀਂ, ਇੰਡੀਅਨਸ ਤਾਂ ਆ ਰਹੇ ਆ ਹਜ਼ਾਰਾਂ ਦੀ ਗਿਣਤੀ 'ਚ, ਬਟ ਗੋਰੇ ਬੜੇ ਆਏ ਆ ਵਾਈਟ ਕਪਲਸ ਜਿਨ੍ਹਾਂ ਨੇ ਕਿ ਸਾਡੇ ਕੇਂਦਰ ਦੇ ਵਿੱਚੋਂ IVF ਵਿਧੀ ਰਾਹੀਂ ਇਲਾਜ ਕਰਵਾ ਕੇ ਸੰਤਾਨ ਸੁੱਖ ਦੀ ਪ੍ਰਾਪਤੀ ਕੀਤੀ। ਇਸ ਵਿਧੀ ਦੇ ਵਿੱਚ ਕਰੀਦਾ ਕੀ ਆ ਕਿ ਬੜਾ ਸਧਾਰਨ ਨਾ ਵੀ ਇਹਦੇ 2 ਮਹੀਨੇ ਦਾ ਪ੍ਰੋਸੀਜਰ ਆ ਜਿਹਦੇ ਵਿੱਚ ਕਿ 2 ਮਹੀਨਿਆਂ 'ਚ ਔਰਤ ਨੂੰ ਸਾਡੇ ਕੇਂਦਰ 'ਚ 7-8 ਵਾਰੀ ਆਉਣਾ ਪੈਣਾ, ਐਡਮਿਟ ਉਹਨੇ 1 ਦਿਨ ਵੀ ਨਹੀਂ ਹੋਣਾ, ਹਸਬੈਂਡ ਦੀ ਲੋੜ ਸਿਰਫ 2 ਜਾਂ 3 ਵਾਰੀ ਹੈ। ਜਦੋਂ ਵੀ ਇੱਕ ਪੇਸ਼ੈਂਟ ਨੂੰ ਅਸੀਂ IVF ਵਾਸਤੇ ਉਹਨੂੰ ਸਿਲੈਕਟ ਕਰ ਲਿਆ ਹੈ ਤਾਂ ਫਿਰ ਜਿਹੜੀ ਔਰਤ ਆ ਉਹਦੇ ਅਸੀਂ ਕਾਫੀ ਮਾਤਰਾ 'ਚ ਉਹਨੂੰ ਫਰਟੀਲਿਟੀ ਡਰੱਗਸ ਦੇ ਕੇ ਮਾਹਵਾਰੀ ਦੇ ਦੂਸਰੇ ਦਿਨ ਤੋਂ ਅਸੀਂ ਉਹਦੇ ਅੰਡੇ ਬਣਾਈਦੇ ਆ। ਅੰਡੇ ਨੈਚੁਰਲ 1 ਜਾਂ 2 ਹੀ ਬਣਦੇ ਆ। ਇਹਨਾਂ ਫਰਟੀਲਿਟੀ ਡਰੱਗਸ ਦੇ ਨਾਲ ਸਾਡੀ ਕੋਸ਼ਿਸ਼ ਹੁੰਦੀ ਆ ਵੀ 8-10 ਜਾਂ 10-15 ਤੱਕ ਅੰਡੇ ਬਣ ਜਾਣ ਤਾਂ ਕਿ ਸਾਨੂੰ ਇੰਨੇ ਕੁ ਅੰਡੇ ਮਿਲ ਜਾਣ ਕਿ ਜਿਹਦੇ ਰਾਹੀਂ ਅਸੀਂ IVF ਕਰੀਏ ਅਤੇ ਉਸ ਔਰਤ ਦੇ ਸੰਤਾਨ ਸੁੱਖ ਦੀ ਪ੍ਰਾਪਤੀ ਹੋਵੇ। ਇਹ ਅੰਡੇ ਬਣਾ ਕੇ ਜਦੋਂ ਇਹਨਾਂ ਦਾ ਸਾਈਜ਼ ਮਾਹਵਾਰੀ ਦੇ 12ਵੇਂ, 13ਵੇਂ ਜਾਂ 14ਵੇਂ ਦਿਨ 15 mm, 16 mm ਤੋਂ ਉੱਤੇ ਚਲੇ ਜਾਂਦਾ ਆ ਤਾਂ ਅਸੀਂ ਉਹਨਾਂ ਨੂੰ ਉਸ ਔਰਤ ਨੂੰ ਆਪਣੇ ਓਪਰੇਸ਼ਨ ਥੀਏਟਰ ਦੇ ਵਿੱਚ ਲਿਜਾ ਕੇ ਜਿੱਥੇ ਕਿ ਐਗ ਪਿਕਅਪ ਰੂਮ ਕਿਹਾ ਜਾਂਦਾ ਉਹਨੂੰ, ਇੱਕ ਇੱਕ ਕਰਕੇ ਉਹ ਅੰਡੇ ਕੱਢ ਲਈਦੇ। ਇਹ ਜਿਹੜੇ ਅੰਡੇ ਆ ਫਿਰ ਇਹਨਾਂ ਨੂੰ ਅਸੀਂ ਆਪਣੇ ਬਿਹਤਰੀਨ IVF ਰਿਸਰਚ ਲੈਬ ਦੇ ਵਿੱਚ ਲਿਜਾ ਕੇ ਉੱਥੇ ਸਾਡੇ ਜਿਹੜੇ ਐਮਬਰੀਓਲੋਜਿਸਟ ਨੇ ਉਹਨਾਂ ਦੀ ਟੀਮ ਇਹਨਾਂ ਨੂੰ ਇਹਦਾ ਨਿਰੀਖਣ ਕਰਦੀ ਆ ਅਤੇ ਜਿਹੜੇ ਬੈਸਟ ਐਗਸ ਆ ਉਹਨਾਂ ਨੂੰ ਕੱਢ ਕੇ ਅਤੇ ਉਸ ਔਰਤ ਦੇ ਹਸਬੈਂਡ ਜਿਹੜੇ ਆ ਉਹਦੇ ਸ਼ੁਕਰਾਣੂ ਲੈ ਕੇ ਅਤੇ ਉਹਨਾਂ ਦੇ ਟ੍ਰਿਪਲ ਵਾਸ਼ ਕਰਕੇ ਅਤੇ ਜਿਹੜੇ ਬੈਸਟ ਸਪਰਮਸ ਆ ਉਹ ਇਹਨਾਂ ਅੰਡਿਆਂ ਦੇ ਆਲੇ ਦੁਆਲੇ ਛੱਡੇ ਜਾਂਦੇ ਆ ਤਾਂ ਕਿ ਉਹ ਆਪਣੇ ਆਪ ਇਸ ਇਹਨਾਂ ਅੰਡਿਆਂ ਨੂੰ ਫਰਟੀਲਾਈਜ਼ ਕਰਦੇ। ਇਹ ਜਿਹੜੀ ਫਰਟੀਲਾਈਜੇਸ਼ਨ ਪ੍ਰੋਸੀਜਰ ਆ ਇਹ ਸਾਡੇ ਲੈਬ ਦੇ ਵਿੱਚ ਜਿਹੜੇ ਇਨਕਿਊਬੇਟਰਸ ਆ ਉਹਨਾਂ ਇਨਕਿਊਬੇਟਰਸ ਦੇ ਵਿੱਚ ਹੁੰਦਾ ਆ। ਮੈਨੂੰ ਇਹ ਦੱਸਦਿਆਂ ਵੀ ਬੜੀ ਖੁਸ਼ੀ ਹੋ ਰਹੀ ਆ ਕਿ ਹਿੰਦੁਸਤਾਨ 'ਚ ਸਾਡਾ ਇੱਕਮਾਤਰ ਕੇਂਦਰ ਆ ਜਿੱਥੇ ਕਿ ਅਸੀਂ 9 CO2 ਇਨਕਿਊਬੇਟਰਸ ਦੇ ਨਾਲ 4 ਬੈਂਚ ਟੌਪ ਜਿਹੜੇ ਟ੍ਰਿਪਲ ਗੈਸ ਇਨਕਿਊਬੇਟਰਸ ਆ ਐਂਡ 5 ਜਿਹੜੇ ਆ
दूसरे जिहड़े इनक्यूबेटर आ सिंगल गैस इनक्यूबेटर उन्हां दे इस्तेमाल दे नाल असीं बेलातपन का इलाज कर रहे हैं। एकमात्र केंद्र आ जिथे 9 CO2 इनक्यूबेटर का इस्तेमाल हो रहा है। इन्हां इनक्यूबेटर दे विच बिल्कुल उस नाल दा ही वातावरण ते माहौल हुंदा आ जिस नाल दा कि बच्चेदानी दे अंदर आ, ते इहदे विच उन्हां नूं 2 सैल 4 सैल 6 सैल 8 सैल स्टेज ते जदों ये भ्रूण पहुँच जाता है तो इन्हों असी कढ के वापस अपने जिहड़े डॉक्टर आ उन्हां नूं दे देईदा आ, जो कि इन्हां नूं एम्ब्रियो ट्रांसफर कैथेटर दे विच लोड करके साढ़े एम्ब्रियोलॉजिस्ट ते साढ़े जिहड़े गायनोकोलॉजिस्ट आ वापस बच्चेदानी च रख देंदे आ, जिथे कि उन्हें इम्पलांट होने तो बाद 9 महीने ग्रो करना है ते डिलीवरी होनी। इस विधि राही हज़ारा ही गिनती के लोग पेशेंट्स जिहड़े आ ਉਹ ਸਾਡੇ ਕੇਂਦਰ ਤੋਂ IVF ਵਿਧੀ ਰਾਹੀਂ ਇਲਾਜ ਕਰਾ ਕੇ ਸੰਤਾਨ ਸੁੱਖ ਦੀ ਪ੍ਰਾਪਤੀ ਕਰ ਚੁੱਕੇ।